ਦੀ ਪਿਆਰੇ ਬੱਚਿਓ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਨਾਮ ਬਵਨ ਕੰਬੋਜ ਹੈ ਅਤੇ ਮੈਂ ਪਿਛਲੇ 5 ਸਾਲਾਂ ਤੋਂ ਕੰਪੀਟੀਟਿਵ ਇਗਜ਼ਾਮਸ ਲਈ ਮੈਥ ਅਤੇ ਰੀਜ਼ਨਿੰਗ ਟੀਚ ਕਰ ਰਿਹਾ ਹਾਂ ਔਰ ਮੈਂ ਪਿਛਲੇ 3 ਸਾਲਾਂ ਤੋਂ ਪੀਐਸਟੀਸੀਲ ਦੇ ਵਿੱਚ ਐਜ਼ ਅ ਐਲਡੀਸੀ ਜੋਬ ਕਰ ਰਿਹਾ ਹਾਂਜੀ ਸਟੂਡੈਂਟਸ ਅੱਜ ਆਪਾਂ ਰੀਜ਼ਨਿੰਗ ਦਾ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਸਿਲੋਜੀਜ਼ਮ ਜੋ ਕਿ ਤੁਹਾਡੇ ਪੰਜਾਬ ਦੇ ਪੇਪਰਾਂ ਦੇ ਵਿੱਚ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਚਾਹੇ ਉਹ ਪਟਵਾਰੀ ਲੈ ਲਈਏ 트리플 ਐਸ ਵੀ ਕਲਰਕ ਲੈ ਲਈਏ ਜਾਂ ਪੰਜਾਬ ਪੁਲਿਸ ਦੇ ਜੋ ਵੀ ਐਗਜ਼ਾਮਸ ਨੇ ਤਾਂ ਉਹਨਾਂ ਦੇ ਵਿੱਚ ਇਸ ਟੌਪਿਕ ਤੋਂ ਅਕਸਰ ਕੁਸ਼ਨ ਪੁੱਛੇ ਜਾਂਦੇ ਨੇ ਤਾਂ ਬੜੇ ਧਿਆਨ ਨਾਲ ਤੁਸੀਂ ਜਿਹੜਾ ਇਸ ਚੈਪਟਰ ਨੂੰ ਸਮਝ ਲੈਣਾ ਠੀਕ ਹੈ ਤਾਂ ਆਪਾਂ ਸਿਲਸਲੇ ਵਾਰ ਚੀਜ਼ਾਂ ਨੂੰ ਲੈ ਕੇ ਚੱਲਾਂਗੇ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਾਂਗੇ ਆਪਾਂ ਠੀਕ ਹੈ ਤਾਂ ਉਸ ਲੈਵਲ ਤੱਕ ਜਾਵਾਂਗੇ ਜਿੱਥੋਂ ਤੱਕ ਵੀ ਕੋਸ਼ਨ ਪੁੱਛੇ ਜਾ ਸਕਦੇ ਨੇ ਠੀਕ ਹੈ ਅਗਰ ਇਹ ਚੈਪਟਰ ਤੁਸੀਂ ਧਿਆਨ ਨਾਲ ਕਰ ਲੈਨੇ ਹੋ ਇਸ ਲੈਕਚਰ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ ਪ੍ਰੈਕਟਿਸ ਕਰ ਲੈਨੇ ਹੋ ਤਾਂ ਇਨ ਫਿਊਚਰ ਤੁਹਾਨੂੰ ਜਿਹੜਾ ਸੈਲੋਜੀਜ਼ਮ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਤਾਂ ਹੁੰਦਾ ਕੀ ਹੈ ਜੀ ਸੈਲੋਜੀਜ਼ਮ ਦੇਖੋ ਜੀ ਇਸ ਤਰ੍ਹਾਂ ਦਾ ਜਿਹੜਾ ਕੁਐਸਚਨ ਹੈ ਇਸ ਤਰ੍ਹਾਂ ਕੁਐਸਚਨ ਆਏਗਾ ਜੀ ਤੁਹਾਨੂੰ ਸਿਲੋਜਿਜ਼ਮ 'ਚ ਇੱਕ ਹੀ ਦਿੱਤੀ ਹੁੰਦੀ ਹੈ ਸਟੇਟਮੈਂਟ ਕਥਨ ਤਾਂ ਇਹ ਸਟੇਟਮੈਂਟ ਨੂੰ ਆਪਾਂ ਕੀ ਸੱਚ ਮੰਨਦੇ ਹੋਏ ਇਹ ਆਪਾਂ ਨੂੰ ਕਨਕਲੂਜਨ ਦਿੱਤੇ ਹੋਣਗੇ ਤਾਂ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਸਟੇਟਮੈਂਟ ਦੇ ਵਿੱਚ ਦੇ ਰੱਖੀ ਜਾਣਕਾਰੀ ਉਹਦੇ ਆਧਾਰ ਤੇ ਆਪਾਂ ਦੇਖਾਂਗੇ ਜੀ ਇਹ ਕਨਕਲੂਜਨ ਸਹੀ ਨੇ ਜਾਂ ਗਲਤ ਨੇ ਠੀਕ ਹੈ ਉਸ ਬਾਅਦ ਇਹ ਆਪਾਂ ਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ ਠੀਕ ਹੈ ਤਾਂ ਜਿਹੜੀ ਆਪਸ਼ਨ ਆਪਣੀ ਬਣ ਰਹੀ ਏ ਉਹਦੇ ਤੇ ਆਪਾਂ ਟਿਕ ਕਰ ਦਾਂਗੇ ਠੀਕ ਹੈ ਤਾਂ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਬੇਸਿਕ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਤਾਂ ਪਹਿਲਾਂ ਆਪਾਂ ਸਾਰੇ ਬੇਸਿਕਸ ਕਲੀਅਰ ਕਰਾਂਗੇ ਠੀਕ ਹੈ ਤਾਂ ਸ਼ੁਰੂਆਤ ਕਰਦੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟਸ ਦੇਖਦੇ ਹਾਂ ਇਹ ਸਟੇਟਮੈਂਟ ਦੇ ਰੱਖੀ ਆਪਾਂ ਨੂੰ ਸਮ ਇੰਜੀਨੀਅਰਸ ਆਰ ਟੀਚਰਸ ਸਮ ਇੰਜੀਨੀਅਰਸ ਆਰ ਐਫੀਸ਼ੀਐਂਟ ਠੀਕ ਹੈ ਤਾਂ ਇਹਨੂੰ ਸੋਲਵ ਕਰਨ ਦੇ ਲਈ ਆਪਾਂ ਵੈਂਡ ਡਾਇਗ੍ਰam ਬਣਾਉਣੇ ਆ ਜੀ ਇਸ ਤਰ੍ਹਾਂ ਦੇ ਕੁਐਸ਼ਨਸ ਕਰਨ ਦੇ ਲਈ ਆਪਾਂ ਵੈਂਡ ਡਾਇਗ੍ਰam ਬਣਾਉਣੇ ਆ ਠੀਕ ਹੈ ਤਾਂ ਵੈਂਡ ਡਾਇਗ੍ਰam ਕੀ ਚੀਜ਼ ਹੁੰਦੀ ਹੈ ਦੇਖੋ ਜਿਵੇਂ ਹੁਣ ਆਪਾਂ ਨੂੰ ਐਵੇਂ ਰੱਖਿਆ ਜੀ ਆਹ ਸਟੇਟਮੈਂਟ ਹੈ ਸਮ ਇੰਜੀਨੀਅਰਸ ਆਰ ਟੀਚਰ ਯਾਨੀ ਕਿ ਕੁਝ ਇੰਜੀਨੀਅਰ ਟੀਚਰ ਨੇ ਤਾਂ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਇੱਕ ਸਰਕਲ ਡਰਾ ਕਰਾਂਗੇ ਆਪਾਂ ਇਹ ਮੰਨ ਲੈਂਦੇ ਆ ਜੀ ਇਸ ਸਰਕਲ ਦੇ ਵਿੱਚ ਕੀ ਹੈ ਜੀ ਸਾਰੇ ਦੇ ਸਾਰੇ ਕੀ ਨੇ ਇੰਜੀਨੀਅਰ ਨੇ ਸਾਰੇ ਦੇ ਸਾਰੇ ਕੀ ਨੇ ਇੰਜੀਨੀਅਰ ਨੇ ਫਿਰ ਕੀ ਕਰਿਆ ਆਪਾਂ ਨੂੰ ਸਮ ਇੰਜੀਨੀਅਰਸ ਆਰ ਟੀਚਰ ਯਾਨੀ ਕਿ ਕੁਝ ਇੰਜੀਨੀਅਰ ਟੀਚਰ ਨੇ ਤਾਂ ਆਪਾਂ ਕੀ ਕਰਾਂਗੇ ਕੁਝ ਯਾਨੀ ਕਿ ਇਹਨਾਂ ਦੇ ਵਿੱਚ ਕੁਝ ਨਾ ਕੁਝ ਸਾਂਝਾ ਹੋ ਜਾਏਗਾ ਸਮ ਇੰਜੀਨੀਅਰਸ ਆਰ ਟੀਚਰ ਜਿਹੜੇ ਕੁਝ ਇੰਜੀਨੀਅਰ ਨੇ ਉਹ ਟੀਚਰ ਨੇ ਠੀਕ ਹੈ ਆਮ ਆਨਲਾਈਨ ਇਹਦੇ ਸਾਰੇ ਟੀਚਰ ਨੇ ਤਾਂ ਸਮ ਇੰਜੀਨੀਅਰ ਆ ਵਾਲਾ ਪੋਰਸ਼ਨ ਕੀ ਹੋ ਗਿਆ ਜੀ ਸਮ ਇੰਜੀਨੀਅਰਸ ਕੀ ਹੋ ਗਏ ਟੀਚਰ ਹੋ ਗਏ ਇਸੇ ਤਰ੍ਹਾਂ ਹੀ ਆਪਾਂ ਸੈਕਿੰਡ ਸਟੇਟਮੈਂਟ ਪੜ੍ਹਦੇ ਹਾਂ ਸਮ ਇੰਜੀਨੀਅਰਸ ਆਰ ਐਫੀਸ਼ੀਐਂਟ ਤਾਂ ਕੁਝ ਇੰਜੀਨੀਅਰ ਜਿਹੜੇ ਨੇ ਐਫੀਸ਼ੀਐਂਟ ਨੇ ਕੁਝ ਇੰਜੀਨੀਅਰ ਜਿਹੜੇ ਨੇ ਐਫੀਸ਼ੀਐਂਟ ਨੇ ਤਾਂ ਇੰਜੀਨੀਅਰ ਤੇ ਐਫੀਸ਼ੀਐਂਟ ਦੇ ਵਿੱਚ ਵੀ ਕੁਝ ਨਾ ਕੁਝ ਆਪਾਂ ਸਾਂਝਾ ਕਰ ਦਿੰਨੇ ਆ ਜੀ ਇਸੇ ਤਰ੍ਹਾਂ ਫਿਗਰ ਬਣਾ ਦੇਾਂਗੇ ਆ ਹੋ ਗਏ ਸਾਰੇ ਦੇ ਸਾਰੇ ਐਫੀਸ਼ੀਐਂਟ ਦੇ ਸਮ ਇੰਜੀਨੀਅਰਸ ਆ ਵਾਲਾ ਪੋਰਸ਼ਨ ਕੀ ਹੋ ਗਿਆ ਜੀ एफिशिएंट ਹੋ ਗਿਆ ਠੀਕ ਹੈ ਇਹ ਆਪਣੀ ਬਣ ਗਈ ਸਟੇਟਮੈਂਟ ਹੁਣ ਨਾਲ ਦੇ ਨਾਲ ਹੀ ਮੈਨੂੰ ਕਾਫੀ ਟਾਈਮ ਤੋਂ ਮੈਂ ਅਟੈਚ ਕਰ ਰਿਹਾ ਤਾਂ ਮੈਨੂੰ ਪਤਾ ਹੈ ਜੀ ਸਟੂਡੈਂਟ ਗਲਤੀ ਕਿੱਥੇ ਕਰਦੇ ਹੁੰਦੇ ਨੇ ਸਟਾਰਟਿੰਗ ਤੋਂ ਜਦੋਂ ਬੱਚਾ ਸਿੱਖ ਰਿਹਾ ਹੁੰਦਾ ਹੈ ਤਾਂ ਇਸ ਚੈਪਟਰ ਦੇ ਵਿੱਚ ਗਲਤੀ ਕਿੱਥੇ ਕਰਦਾ ਤਾਂ ਸਟੂਡੈਂਟ ਅਕਸਰ ਇੱਥੇ ਗਲਤੀ ਕਰਦੇ ਨੇ ਮੰਨ ਲਓ ਆਹ ਤਾਂ ਬਣਾ ਲਿਆ ਸਹੀ ਸਮ ਇੰਜੀਨੀਅਰਸ ਆ ਹੋ ਗਿਆ ਆਪਣੇ ਇੰਜੀਨੀਅਰ ਸਮ ਇੰਜੀਨੀਅਰਸ ਆਰ ਟੀਚਰ ਠੀਕ ਹੈ ਉਹਨੇ ਇੱਥੇ ਇੱਕ ਚੀਜ਼ ਧਿਆਨ ਰੱਖਣੀ ਜਿੰਨੀ ਆਪਾਂ ਨੂੰ ਸਟੇਟਮੈਂਟ ਦੇ ਰੱਖੀ ਹੈ ਨਾ ਆਪਾਂ ਉਹਨਾਂ ਹੀ ਕਰਨਾ ਹੈ ਜਿੰਨਾ ਕਿ ਜਾਣਕਾਰੀ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਦੇ ਰੱਖੀ ਹੈ ਆਪਾਂ ਉਹਨਾਂ ਹੀ ਕਰਨਾ ਹੈ ਆਪਣੇ ਵੱਲੋਂ ਨਹੀਂ ਕੁਝ ਦਿਮਾਗ ਲਾਉਣਾ ਜੀ ਠੀਕ ਹੈ ਆਪਾਂ ਸਟੇਟਮੈਂਟ ਨੂੰ ਸੱਚ ਮੰਨਾਂਗੇ ਫਿਰ ਉਹਨੇ ਕੀ ਗਾਇਆ ਸਮ ਇੰਜੀਨੀਅਰਸ ਆਰ ਐਫੀਸ਼ੀਐਂਟ ਠੀਕ ਹੈ ਤਾਂ ਕਿਸੇ ਨੇ ਇਸ ਤਰ੍ਹਾਂ ਨਹੀਂ ਕਰ ਦੇਣਾ ਵੀ ਸਮ ਇੰਜੀਨੀਅਰਸ ਆਰ ਐਫੀਸ਼ੀਐਂਟ ਤੁਸੀਂ ਟੀਚਰ ਵੀ ਵਿੱਚ ਲੈ ਲਓ ਆਪਾਂ ਨੂੰ ਟੀਚਰ ਬਾਰੇ ਉਹਨੇ ਕੁਝ ਨਹੀਂ ਕਿਹਾ ਠੀਕ ਹੈ ਜਿੰਨੀ ਆਪਾਂ ਨੂੰ ਜਾਣਕਾਰੀ ਦੇ ਰਹੀ ਹੈ ਸਟੇਟਮੈਂਟ ਦੇ ਵਿੱਚ ਆਪਾਂ ਉਹਨਾਂ ਹੀ ਕਰਨੇ ਜਿਵੇਂ ਇੱਥੇ ਕੀਤਾ ਸੀ ਠੀਕ ਹੈ ਸਮ ਇੰਜੀਨੀਅਰਸ ਆਰ ਐਫੀਸ਼ੀਐਂਟ ਤਾਂ ਟੀਚਰ ਬਾਰੇ ਉਹਨੇ ਕੋਈ ਗੱਲ ਨਹੀਂ ਕੀਤੀ ਐਫੀਸ਼ੀਐਂਟ ਤੇ ਟੀਚਰ ਬਾਰੇ ਕੋਈ ਰਿਲੇਸ਼ਨ ਨਹੀਂ ਦੱਸਿਆ ਤਾਂ ਆਪਾਂ ਐਸੀ ਤਰ੍ਹਾਂ ਹੀ ਬਣਾਵਾਂਗੇ ਫਿਗਰ ਨੂੰ ਆਹ ਫਿਗਰ ਜਿਹੜੀ ਗਲਤ ਹੈ ਠੀਕ ਹੈ ਤਾਂ ਸਮ ਵਾਲੀ ਸਟੇਟਮੈਂਟਸ ਦੀ ਜਿਹੜੀ ਆਪਾਂ ਫਿਗਰ ਹੈ ਵੈਨ ਡਾਇਗਰਾਮ ਐਸ ਤਰ੍ਹਾਂ ਬਣਾਣੀ ਠੀਕ ਹੈ ਆਪਾਂ ਇੱਕ ਦੋ ਕੁਐਸਚਨ ਹੋਰ ਸਟੇਟਮੈਂਟ ਦੀ ਪ੍ਰੈਕਟਿਸ ਕਰ ਲੈਣੇ ਆ ਵੈਨ ਡਾਇਗਰਾਮ ਬਣਾ ਕੇ ਦੇਖ ਲੈਣੇ ਸਮ ਵਾਲੀਆਂ ਠੀਕ ਆ ਉਸ ਤੋਂ ਬਾਅਦ ਅੱਗੇ ਆਪਾਂ ਆਲ ਵਾਲੀਆਂ ਨੋਟ ਵਾਲੀਆਂ ਉਹ ਅੱਗੇ ਆਪਾਂ ਸਟੇਟਮੈਂਟਸ ਹੀ ਪ੍ਰੈਕਟਿਸ ਕਰਾਂਗੇ ਠੀਕ ਹੈ ਹੁਣ ਜਿਵੇਂ ਆਹ ਸਟੇਟਮੈਂਟ ਦੇ ਰખી ਆਪਾਂ ਨੂੰ ਸਮ ਕੈਟਸ ਆਰ ਰੈਟਸ ਠੀਕ ਹੈ ਤਾਂ ਇਹਦੀ ਵੈਂ ਡਾਇਗ੍ਰam ਕਿਵੇਂ ਬਣਾਵਾਂਗੇ ਆ ਹੋ ਗਈਆਂ ਆਪਣੀਆਂ ਜੀ ਕੈਟਸ ਇਹ ਕੀ ਹੋ ਗਈਆਂ ਕੈਟਸ ਸਮ ਕੈਟਸ ਕੀ ਨੇ ਰੈਟਸ ਤਾਂ ਇਸ ਤਰ੍ਹਾਂ ਬਣ ਜਾਏਗਾ ਜੀ ਆਹ ਰੈਟ ਹੋ ਗਏ ਸਮ ਕੈਟਸ ਰੈਟ ਹੋ ਗਿਆ ਵਾਲਾ ਪੋਰਸ਼ਨ ਜਿਹੜਾ ਠੀਕ ਹੈ ਇਹਨਾਂ ਦਾ ਕਾਮਨ ਹੋ ਗਿਆ ਐਵੇਂ ਕਹਿ ਰਹੇ ਜੀ ਸਮ ਰੈਟਸ ਆਰ ਬੈਟਸ ਕੁਝ ਰੈਟ ਕੀ ਨੇ ਬੈਟ ਨੇ ਤਾਂ ਦੇਖੋ ਜੀ ਸਮ ਰੈਟ ਕੀ ਹੋਗੇ ਜੀ ਬੈਟ ਫਿਰ ਕੀ ਕਹਿ ਰਿਹਾ ਜੀ ਸਮ ਬੈਟਸ ਆਰ ਆਉਲ ਤਾਂ ਸਮ ਬੈਟਸ ਕੀ ਹੋਗੇ ਆਪਣੇ ਆਉਲ ਹੋਗੇ ਠੀਕ ਹੈ ਤਾਂ ਬੜੀ ਆਸਾਨ ਹੈ ਫਿਗਰ ਬਣਾਨੀ ਜਿਹੜੀ ਹੈ ਸਮ ਵਾਲੀ ਠੀਕ ਹੈ ਇਸ ਤਰ੍ਹਾਂ ਆਪਣੀ ਵੈਂ ਡਾਇਗਰਾਮ ਬਣ ਜੇਗੀ ਠੀਕ ਹੈ ਤਾਂ ਹੌਲੀ ਹੌਲੀ ਅੱਗੇ ਆਪਾਂ ਕੁਐਸਚਨਸ ਕਰਾਂਗੇ ਮੈਂ ਵੈਂ ਡਾਇਗਰਾਮ ਕਿਉਂ ਬਣਾ ਰਹੇ ਆ ਫਿਰ ਤੁਹਾਨੂੰ ਜਿਹੜਾ ਕਲੀਅਰ ਹੋ ਜਾਏਗੀ ਠੀਕ ਹੈ ਫਿਲਹਾਲ ਆਪਾਂ ਜਿਹੜਾ ਫੋਕਸ ਕਰੀਏ ਸਟੇਟਮੈਂਟ ਦੀ ਵੈਂ ਡਾਇਗਰਾਮ ਕਿਵੇਂ ਬਣਾਨੀ ਹਾਂਜੀ ਨੈਕਸਟ ਆਪਾਂ ਦੇਖਦੇ ਹਾਂ ਜੀ 올 ਵਾਲੀਆਂ ਸਟੇਟਮੈਂਟਸ ਆ ਜਾਂਦੀਆਂ ਹਨ 올 ਕੀ ਕਹਿੰਦੇ ਆ ਜੀ 올 ਕੱਪਸ ਆਰ ਗੋਟਸ ਸਾਰੇ ਦੇ ਸਾਰੇ ਕੱਪ ਜਿਹੜੇ ਨੇ ਗੋਟ ਨੇ ਤਾਂ ਸਾਰੇ ਦੇ ਸਾਰੇ ਕੱਪ ਜਿਹੜੇ ਨੇ ਗੋਟ ਨੇ ਠੀਕ ਹੈ ਤਾਂ ਇਹਨੂੰ ਆਪਾਂ ਕਿਵੇਂ ਬਣਾਵਾਂਗੇ ਆਹ ਹੋ ਗਏ ਜੀ ਆਪਣੇ ਕੱਪ ਠੀਕ ਹੈ ਸਾਰੇ ਦੇ ਸਾਰੇ ਕੱਪ ਕੀ ਨੇ ਗੋਟ ਨੇ ਠੀਕ ਹੈ ਤਾਂ ਸਾਰੇ ਦੇ ਸਾਰੇ ਕੱਪ ਕੀ ਨੇ ਗੋਟ ਨੇ ਤਸ ਜਿੰਨੇ ਵੀ ਕੱਪ ਹੋਣਗੇ ਆਪਾਂ ਗੋਟ ਵਾਲੇ ਸਰਕਲ ਦੇ ਵਿੱਚ ਲਿਆਵਾਂਗੇ ਠੀਕ ਐ ਇਸ ਤਰ੍ਹਾਂ ਆਪਾਂ ਸਰਕਲ ਬਣਾ ਲੈਣਾ ਜੀ ਇੱਕ ਵੱਡਾ ਠੀਕ ਐ ਇਹ ਸਾਰੇ ਦੇ ਸਾਰੇ ਕੀ ਹੋਗੇ ਜੀ ਗੋਟ ਹੋਗੇ ਤਾਂ ਗੋਟ ਦੇ ਵਿੱਚ ਆ ਸਾਰੇ ਦੇ ਸਾਰੇ ਕੀ ਨੇ ਕੱਪ ਨੇ ਠੀਕ ਐ ਤਾਂ ਨੂੰ ਦੇਖੋ ਆਪਣੋ ਆਪਣਾ ਪੜਾਉਣ ਦਾ ਤਰੀਕਾ ਹੁੰਦਾ ਹੈ ਹਰੇਕ ਟੀਚਰ ਦਾ ਆਮ ਤੌਰ ਤੇ ਜਿਹੜੇ ਟੀਚਰਸ ਨੇ ਇਸ ਤਰ੍ਹਾਂ ਫਿਗਰ ਬਣਾਉਂਦੇ ਨੇ ਜੀ ਇਹ ਕੱਪ ਹੋਗੇ ਇਹ ਗੋਟ ਹੋਗੇ ਠੀਕ ਐ ਤਾਂ ਮੈਂ ਜਿਹੜਾ ਇਸ ਤਰੀਕੇ ਦੇ ਨਾਲ ਫਿਗਰ ਬਣਾਉਣਾ ਜੀ ਠੀਕ ਹੈ ਤਾਂ ਇਸ ਤਰ੍ਹਾਂ ਫਿਗਰ ਮੈਂ ਤਾਂ ਨਹੀਂ ਬਣਾਉਂਦਾ ਕਈ ਕੁਐਸਚਨਸ ਦੇ ਵਿੱਚ ਤੁਹਾਨੂੰ ਜਿਹੜੀ ਇਹ ਕਨਫਿਊਜ਼ਨ ਹੋ ਜਾਂਦੀ ਹੈ ਠੀਕ ਹੈ ਤਾਂ ਦਿੱਕਤ ਆਉਂਦੀ ਹੈ ਇਸ ਤਰ੍ਹਾਂ ਤਾਂ ਕਰਕੇ ਆਪਾਂ ਜਿਹੜੀ ਇਹ ਫਿਗਰ ਹੈ ਆਲ ਵਾਲੀ ਐ ਇਸ ਤਰ੍ਹਾਂ ਹੀ ਡਰਾ ਕਰਨੀ ਹਾਂਜੀ ਅੱਗੇ ਕਹਰੇ ਜੀ ਆਲ ਗੋਟਸ ਆਰ ਟਿਨ ਸਾਰੀਆਂ ਦੀ ਸਾਰੀਆਂ ਦੇਖੋ ਆ ਗੋਟਸ ਨੇ ਆ ਪੂਰਾ ਦਾ ਪੂਰਾ ਪੋਰਸ਼ਨ ਸਰਕਲ ਦੇ ਵਿੱਚ ਸਾਰੀਆਂ ਦੀ ਸਾਰੀਆਂ ਕਿਹਨੇ ਗੋਟਸ ਨੇ ਠੀਕ ਹੈ ਤੇ ਸਾਰੀਆਂ ਦੀ ਸਾਰੀਆਂ ਗੋਟਸ ਕਿਹਨੇ ਟੀਨ ਨੇ ਠੀਕ ਹੈ ਤਾਂ ਸਾਰੀਆਂ ਦੀ ਸਾਰੀਆਂ ਗੋਟਸਟਨ ਨੇ ਤਾਂ ਪੈਸ ਤਰ੍ਹਾਂ ਇੱਕ ਹੋਰ ਵੱਡਾ ਸਰਕਲ ਬਣਾਵਾਂਗੇ ਤਾਂ ਸਾਰੀਆਂ ਦੀ ਸਾਰੀਆਂ ਗੋਸ਼ਟ ਕੀ ਹੋ ਗਈਆਂ ਜੀ ਟਿਨ ਹੋ ਗਈਆਂ ਸਾਰੀਆਂ ਦੀ ਸਾਰੀਆਂ ਗੋਟਸ ਕੀ ਹੋ ਗਈਆਂ ਟਿਨ ਹੋ ਗਈਆਂ ਅੱਗੇ ਕਹ ਰਿਹਾ ਜੀ 올 ਟਿਨਸ ਆਰ ਰੈਡ ਤਾਂ ਸਾਰੀਆਂ ਦੀ ਸਾਰੀਆਂ ਟਿਨਸ ਕੀ ਨੇ ਰੈਡ ਨੇ ਤਾਂ ਟਿਨ ਤੋਂ ਵੀ ਵੱਡਾ ਇੱਕ ਹੋਰ ਸਰਕਲ ਬਣਾ ਦਿੰਨੇ ਆ ਇਸ ਤਰ੍ਹਾਂ ਠੀਕ ਹੈ ਇਹਨੂੰ ਡਰਾ ਕਰਾਂਗੇ ਆਪਾਂ ਠੀਕ ਹੈ ਜੀ ਇਹ ਜਿਹੜੇ ਮੇਰੇ ਸਰਕਲ ਨੇ ਥੋੜੇ ਟੇਡੇ ਮੇਡੇ ਜੇ ਬਣ ਰਹੇ ਨੇ ਠੀਕ ਹੈ ਕਿਉਂਕਿ ਪੈਡ ਤੇ ਇਹਨਾਂ ਮਤਲਬ ਸਫਾਈ ਦੇ ਨਾਲ ਨਹੀਂ ਲਿਖਿਆ ਜਾ ਸਕਦਾ ਤਾਂ ਤੁਸੀਂ ਆਪਣੀ ਕਾਪੀ ਤੇ ਬਿਲਕੁਲ ਸੋਹਣਾ ਸੋਹਣਾ ਸਾਫ ਸਾਫ ਬਣਾਉਣਾ ਹੈ ਵੀ ਠੀਕ ਹੈ ਹਾਂ ਜੀ ਇਹ ਆਪਣੀ ਬਣ ਗਈ ਸਟੇਟਮੈਂਟ ਜਿਹੜੀ ਆਪਾਂ ਸਟੇਟਮੈਂਟ ਦੇ ਰੱਖੀ ਹੈ ਉਹਦੀ ਵੈਂ ਡਾਇਗਰਾਮ ਬਣ ਗਈ ਹੈ ਠੀਕ ਹੈ ਤਾਂ ਅਗਰ ਸਟੇਟਮੈਂਟ ਦੇ ਵਿੱਚ ਥੋੜਾ ਚੇਂਜ ਹੋ ਜਾਏਗਾ ਮੰਨ ਲਓ ਜਿਵੇਂ ਆ ਇਸ ਤਰ੍ਹਾਂ ਦੀ ਸਟੇਟਮੈਂਟ ਹੈ ਇਹਨੂੰ ਆਪਾਂ ਕਿਵੇਂ ਬਣਾਉਣਾ ਜੀ ਦੇਖੋ ਆ ਤਾਂ ਸੇਮ ਹੀ ਹੈ ਜੀ 올 ਕੱਪਸ ਆਰ ਗੋਟਸ ਤਾਂ ਸਾਰੇ ਦੇ ਸਾਰੇ ਕੱਪ ਕੀ ਨੇ ਆ ਹੋ ਗਏ ਆਪਣੇ ਕੱਪ ਠੀਕ ਹੈ ਇਹ ਸਾਰੇ ਦੇ ਸਾਰੇ ਕੀ ਨੇ ਗੋਟਸ ਨੇ ਇਹ ਸਾਰੇ ਦੇ ਸਾਰੇ ਕੀ ਨੇ ਗੋਟਸ ਨੇ ਫਿਰ ਕੀ ਕਹਿ ਰਿਹਾ ਸੀ 올 ਗੋਟਸ ਆਰ ਇਨ ਠੀਕ ਹੈ ਤਾਂ ਸਾਰੇ ਦੇ ਸਾਰੇ ਗੋਟਸ ਕੀ ਨੇ ਇਨ ਨੇ ਲਾਸਟ ਸਟੇਟਮੈਂਟ ਕੀ ਕਹ ਰਿਹਾ ਆ 올 ਰੈਡ ਡਾਟ ਇਨ ਸਾਰੇ ਦੇ ਸਾਰੇ ਰੈਡ ਕੀ ਨੇ ਟਿਨ ਨੇ ਸਾਰੇ ਦੇ ਸਾਰੇ ਰੈਡ ਕੀ ਨੇ ਟਿਨ ਨੇ ਤਾਂ ਜਿਹੜੇ ਰੈਡ ਨੇ ਆਪਾਂ ਟਿਨ ਦੇ ਵਿੱਚ ਡਰਾ ਕਰ ਦਿੰਨੇ ਆ ਇਸ ਤਰ੍ਹਾਂ ਆ ਕੀ ਹੋ ਗਏ ਜੀ ਸਾਰੇ ਦੇ ਸਾਰੇ ਰੈਡ ਟਿਨ ਹੋ ਗਏ ਠੀਕ ਹੈ ਦੇਖੋ ਨੇ ਕੀ ਕਹੇ ਜੀ ਸਾਰੇ ਰੈਡ ਟਿਨ ਨੇ ਤਾਂ ਰੈਡ ਜਿਹੜੇ ਨੇ ਟਿਨ ਦੇ ਵਿੱਚ ਆਉਣੇ ਚਾਹੀਦੇ ਨੇ ਸਾਰੇ ਰੈਡ ਕੀ ਨੇ ਟਿਨ ਨੇ ਠੀਕ ਹੈ ਤਾਂ ਇਸ ਤਰ੍ਹਾਂ ਜਿਹੜੀ ਇਹ ਫਿਗਰ ਹੈ ਇਸ ਤਰ੍ਹਾਂ ਬਣੇਗੀ ਇਹ ਵਾਲੀ ਠੀਕ ਹੈ ਤਾਂ ਇਹ ਤੁਸੀਂ ਧਿਆਨ ਰੱਖਣਾ ਠੀਕ ਹੈ ਔਰ ਕਿਸੇ ਬੱਚੇ ਨੇ ਇਸ ਤਰ੍ਹਾਂ ਨਹੀਂ ਕਰਨਾ ਮੰਨ ਲਓ ਆਪਾਂ ਇਸ ਤਰ੍ਹਾਂ ਫਿਗਰ ਬਣਾ ਰਹੇ ਆ ਕੱਪ ਹੋ ਗਏ ਜੀ ਸਾਰੇ ਦੇ ਸਾਰੇ ਕੱਪ ਕੀ ਹੋ ਗਏ ਗੋਟ ਹੋ ਗਏ ਸਾਰੇ ਦੇ ਸਾਰੇ ਗੋਟ ਕੀ ਹੋ ਗਏ ਜੀ ਟਿਨ ਹੋ ਗਏ ਠੀਕ ਹੈ ਫਿਰ ਆਪਾਂ ਕੀ ਕਰਨਾ ਸੀ 올 ਰੈਡ ਆ ਟਿਨ ਤਾਂ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਗੋਟ ਨੂੰ ਵੀ ਵਿੱਚ ਜਾਂ ਕੱਪ ਨੂੰ ਵੀ ਵਿੱਚ ਲੈ ਲਓ ਆ ਰੈਡ ਬਣਾਤਾ ਤੁਸੀਂ ਨਹੀਂ ਇਹ ਗਲਤ ਹੋ ਜਾਏਗਾ ਠੀਕ ਹੈ ਇਸ ਤਰ੍ਹਾਂ ਜਿਹੜਾ ਤੁਹਾਡਾ ਕੁਸ਼ਣ ਦਾ ਆਨਸਰ ਗਲਤ ਆਏਗਾ ਤਾਂ ਇਸ ਤਰ੍ਹਾਂ ਨਹੀਂ ਕਰਨਾ ਜਿੰਨੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿੰਨੀ ਜਾਣਕਾਰੀ ਦੇ ਰੱਖੀ ਆ ਉਹਨਾ ਹੀ ਆਪਾਂ ਕਰਨਾ ਹੈ ਰੈੱਡ ਤੇ ਟਿਨ ਬਾਰੇ ਦੇ ਰੱਖਿਆ ਨੇ ਤਾਂ ਰੈੱਡ ਤੇ ਟਿਨ ਬਾਰੇ ਗੱਲ ਕਰਨੀ ਆਪਾਂ ਰੈੱਡ ਤੇ ਟਿਨ ਦੇ ਵਿੱਚ ਹੀ ਬਣਾਉਣਾ ਰਿਲੇਸ਼ਨ ਠੀਕ ਹੈ ਗੋਟ ਯੱਕ ਆਪਾਂ ਵਿੱਚ ਇਨਕਲੂਡ ਨਹੀਂ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਹੁਣ ਸਮ ਵਾਲੀਆਂ ਸਟੇਟਮੈਂਟ ਦੀ ਵੈਂਡ ਡਾਇਗਰਾਮ ਬਣਾਣੀ ਸਿੱਖ ਲਈ 올 ਵਾਲੀਆਂ ਸਟੇਟਮੈਂਟਸ ਦੀ ਵੈਂਡ ਡਾਇਗਰਾਮ ਬਣਾਣੀ ਸਿੱਖ ਲਈ ਐਸੇ ਤਰ੍ਹਾਂ ਹੀ ਹੁਣ ਆਪਾਂ ਇਹਨਾਂ ਤੇ ਕੁਐਸ਼ਨਸ ਕਰਦੇ ਹਾਂ ਜੀ ਠੀਕ ਹੈ ਕੁਐਸ਼ਨਸ ਕਰਦੇ ਆਂ ਜਿਵੇਂ ਆ ਆਪਾਂ ਨੂੰ ਸਟੇਟਮੈਂਟ ਦੇ ਰખી ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟ ਦੀ ਕੀ ਬਣਾਵਾਂਗੇ ਜੀ ਵੈਂਡ ਡਾਇਗਰਾਮ ਠੀਕ ਹੈ ਸਟੇਟਮੈਂਟ ਦੀ ਕੀ ਬਣਾਵਾਂਗੇ ਵੈਂਡ ਡਾਇਗਰਾਮ ਕੀ ਕਹਿ ਰਿਹਾ ਜੀ ਸਮ ਟੇਬਲਸ ਆਰ ਵਾਚੇਸ ਕੁਝ ਟੇਬਲ ਜਿਹੜੇ ਨੇ ਵਾਚੇਸ ਨੇ ਤਾਂ ਹੋ ਗਏ ਆਪਣੇ ਟੇਬਲ ਤੇ ਕੁਝ ਟੇਬਲ ਕੀ ਨੇ ਆਪਣੇ ਵਾਚੇਸ ਨੇ ਆ ਹੋ ਗਈ ਆਪਣੇ ਵਾਚੇਸ ਠੀਕ ਹੈ ਸਮ ਵਾਚੇਸ ਆਰ ਲੈਂਪਸ ਕੁਝ ਵਾਚੇਸ ਕੀ ਨੇ ਲੈਂਪਸ ਨੇ ਤਾਂ ਇਸ ਤਰ੍ਹਾਂ ਦੀ ਆਪਣੀ ਜਿਹੜੀ ਫਿਗਰ ਹੈ ਇਹ ਬਣ ਗਈ ਠੀਕ ਹੈ ਇਹ ਫਿਗਰ ਨੂੰ ਆਪਾਂ ਕੀ ਮੰਨਾਂਗੇ ਸੱਚ ਮੰਨਾਂਗੇ ਇਹ ਫਿਗਰ ਨੂੰ ਕੀ ਮੰਨਾਂਗੇ ਆਪਾਂ ਸੱਚ ਠੀਕ ਹੈ ਹੁਣ ਇਹਦੇ ਆਧਾਰ ਤੇ ਆਪਾਂ ਜਿਹੜੇ ਕਨਕਲੂਜਨ ਦੇਖਣੇ ਆ ਕਿਹੜਾ ਕਨਕਲੂਜਨ ਰਾਈਟ ਹੈ ਕਿਹੜਾ ਰੋਂਗ ਹੈ ਠੀਕ ਹੈ ਕੀ ਕਹਿ ਰਿਹਾ ਜੀ ਸਮ ਟੇਬਲਸ ਆਰ ਲੈਂਪਸ ਦੇਖੋ ਇੱਥੇ ਤੁਹਾਨੂੰ ਟੇਬਲ ਤੇ ਲੈਂਪਸ ਦੇ ਵਿਚਕਾਰ ਕੁਝ ਕਾਮਨ ਨਜ਼ਰ ਆ ਰਿਹਾ ਨਹੀਂ ਆ ਰਿਹਾ ਨਾ ਦੇਖੋ ਦੇਖੋ ਆ ਰਹੇ ਟੇਬਲ ਇਹ ਰਹੇ ਲੈਂਪਸ ਸਮ ਵਾਲੀ ਸਟੇਟਮੈਂਟ ਕਦੋਂ ਸਹੀ ਹੋਏਗੀ ਜਦੋਂ ਜਿਨ੍ਹਾਂ ਬਾਰੇ ਦੋ ਚੀਜ਼ਾਂ ਬਾਰੇ ਗੱਲ ਹੋ ਰਹੀ ਜਿਵੇਂ ਟੇਬਲ ਤੇ ਲੈਂਪ ਇਹਨਾਂ ਦੇ ਵਿੱਚ ਅਗਰ ਸਰਕਲ ਕੁਛ ਨਾ ਕੁਛ ਸਾਂਝਾ ਹੈ ਸਰਕਲ ਦੇ ਵਿੱਚ ਕੁਛ ਨਾ ਕੁਛ ਕਾਮਨ ਹੈ ਤਾਂ ਉਹ ਚੀਜ਼ ਕੀ ਹੋਏਗੀ ਰਾਈਟ ਹੋਏਗੀ ਲੇਕਿਨ ਇੱਥੇ ਕਾਮਨ ਨਹੀਂ ਹੈਗਾ ਤਾਂ ਇਹ ਕਨਕਲੂਜਨ ਜਿਹੜਾ ਹੈ ਰੋਂਗ ਹੈ ਇਹ ਕਨਕਲੂਜਨ ਕੀ ਹੋ ਜਾਏਗਾ ਰੋਂਗ ਹੋ ਜਾਏਗਾ ਐਵੇਂ ਕੀ ਕਹਿ ਰਹੇ ਸਮ ਲੈਂਪਸ ਆਰ ਵਾਚੇਸ ਫਿਰ ਆਪਾਂ ਦੇਖਾਂਗੇ ਜੀ ਲੈਂਪ ਤੇ ਵਾਚੇਸ ਦੇ ਵਿੱਚ ਕੁਛ ਨਾ ਕੁਛ ਕਾਮਨ ਹੈ ਹਾਂ ਜੀ ਬਿਲਕੁਲ ਕਾਮਨ ਹੈ ਆਹ ਵਾਲਾ ਪੋਰਸ਼ਨ ਲੈਂਪਸ ਤੇ ਵਾਚੇਸ ਦਾ ਕਾਮਨ ਹੈ ਇਹਨਾਂ ਦੇ ਲਈ ਕਨਕਲੂਜਨ ਕੀ ਹੈ ਰਾਈਟ ਠੀਕ ਹੈ ਸਮ ਲੈਂਪਸ ਆਰ ਵਾਚਸ ਇਹ ਕਨਕਲੂਜਨ ਕੀ ਹੋ ਜਾਏਗਾ ਰਾਈਟ ਹੋ ਜਾਏਗਾ ਐਵੇਂ ਸਮ ਵਾਚਸ ਆਰ ਟੇਬਲ ਹਾਂਜੀ ਟੇਬਲ ਤੇ ਵਾਚਸ ਦੇ ਵਿੱਚ ਕੁਝ ਨਾ ਕੁਝ ਕਾਮਨ ਹੈ ਹਾਂਜੀ ਬਿਲਕੁਲ ਆ ਵਾਲਾ ਜਿਹੜਾ ਏਰੀਆ ਹੈ ਟੇਬਲ ਤੇ ਵਾਚਸ ਦਾ ਕਾਮਨ ਹੈ ਤਾਂ ਇਹ ਵੀ ਕਨਕਲੂਜਨ ਕੀ ਹੋ ਜਾਏਗਾ ਰਾਈਟ ਤਾਂ ਸਮ ਵਾਲੇ ਜਿਹੜੇ ਕਨਕਲੂਜਨ ਨੇ ਕਦੋਂ ਸਹੀ ਹੋਣਗੇ ਜਦੋਂ ਜਿਨ੍ਹਾਂ ਬਾਰੇ ਗੱਲ ਕਰ ਰਹੇ ਆ ਦੋ ਚੀਜ਼ਾਂ ਬਾਰੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਸਾਂਝਾ ਹੋਵੇਗਾ ਉਹਨਾਂ ਦੀ ਜਿਹੜੀ ਸਰਕਲ ਵਾਲੀ ਫਿਗਰ ਹੈ ਜਿਹੜੀ ਉਹ ਕੁਝ ਨਾ ਕੁਝ ਉਹਨਾਂ ਦੇ ਵਿੱਚ ਕਾਮਨ ਹੋਏਗਾ ਤਾਂ ਉਦੋਂ ਸਮ ਵਾਲੀ ਸਟੇਟਮੈਂਟ ਕੀ ਹੋਏਗੀ ਆਪਣੀ ਰਾਈਟ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਵਧੀਆ ਤਰ੍ਹਾਂ ਸਮਝ ਆ ਰਿਹਾ ਹੋਵੇਗਾ ਇੰਜੋਏ ਕਰ ਰਹੇ ਹੋਵਗੇ ਤੁਸੀਂ ਲੈਕਚਰ ਠੀਕ ਹੈ ਹਾਂਜੀ ਅੱਗੇ ਚੱਲਦੇ ਆਪਾਂ ਹਾਂਜੀ ਅੱਗੇ ਸਟੇਟਮੈਂਟਸ ਨੇ ਆਪਣੇ ਕੋਲੇ ਸਮ ਵੈਲਸ ਆਰ ਫਲੋਰਸ ਜਿਹੜੀਆਂ ਕੁਝ ਘੰਟੀਆਂ ਨੇ ਕੁਝ ਬੈਲਸ ਨੇ ਉਹ ਕਿਨੇ ਫਲਾਰ ਨੇ ਫੁੱਲ ਨੇ ਤਾਂ ਆਪਣੀਆਂ ਹੋ ਗਈਆਂ ਜੀ ਬੈਲ ਕੁਝ ਬੈਲ ਕਿਨੇ ਫਲਾਰ ਨੇ ਆ ਹੋ ਗਏ ਫਲਾਰ ਠੀਕ ਹੈ ਕੀ ਕਹਿ ਰਿਹਾ ਜੀ ਸਮ ਕਾਰਡਸ ਆਰ ਬੈਲਸ ਦੇਖੋ ਆ ਆਪਣੀਆਂ ਬੈਲਸ ਨੇ ਤੇ ਸਮ ਕਾਰਡਸ ਕੀ ਹੋ ਜਾਣਗੇ ਆਪਣੇ ਬੈਲ ਤਾਂ ਕਾਰਡ ਆਗੇ ਜੀ ਇਧਰ ਠੀਕ ਹੈ ਫਿਰ ਕੀ ਕਹਿ ਰਿਹਾ ਜੀ ਸਮ ਕਾਰਡਸ ਆਰ ਪੇਪਰ ਕੁਝ ਕਾਰਡ ਕਿਨੇ ਪੇਪਰ ਪੇਪਰ ਤੇ ਕਾਰਡ ਦੇ ਵਿੱਚ ਕੁਝ ਨਾ ਕੁਝ ਆਪਾਂ ਕਾਮਨ ਕਰ ਦਿੰਨੇ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਣੀ ਵੈਂਡ ਡਾਇਗਰਾਮ ਬਣ ਚੁੱਕੀ ਹੈ ਹੁਣ ਇਹ ਵੈਂਡ ਡਾਇਗਰਾਮ ਦੇ ਆਧਾਰ ਤੇ ਆਪਾਂ ਕਨਕਲੂਜਨ ਦੇਖਦੇ ਆ ਵੀ ਕਿਹੜਾ ਕਨਕਲੂਜਨ ਰਾਈਟ ਹੈ ਕਿਹੜਾ ਰੋਂਗ ਹੈ ਹਾਂਜੀ ਪਹਿਲੇ ਕਨਕਲੂਜਨ ਚ ਕੀ ਕਹਿ ਰਿਹਾ ਸਮ ਪੇਪਰਸ ਆਰ ਕਾਰਡਸ ਕੁਝ ਪੇਪਰ ਕਾਰਡ ਨੇ ਦੇਖੋ ਪੇਪਰ ਤੇ ਕਾਰਡ ਦੇ ਵਿੱਚ ਕੁਝ ਨਾ ਕੁਝ ਸਾਂਝਾ ਅਗਰ ਹੈ ਤਾਂ ਉਹ ਆਪਣਾ ਰਾਈਟ ਹੈ ਤਾਂ ਆਹ ਵਾਲਾ ਪੋਰਸ਼ਨ ਇਹਨਾਂ ਦੇ ਸਾਂਝਾ ਤੇ ਆਪਣਾ ਕਨਕਲੂਜਨ ਰਾਈਟ ਹੋ ਗਿਆ ਜੀ ਫਿਰ ਕਹਿ ਰਿਹਾ ਜੀ ਸਮ ਫਲਾਵਰਸ ਆਰ ਬੈਲਸ ਸਮ ਫਲਾਵਰਸ ਆਰ ਬੈਲ ਕੁਝ ਫਲਾਵਰ ਜਿਹੜੇ ਨੇ ਬੈਲ ਨੇ ਤਾਂ ਫਲਾਰ ਤੇ ਬੈਲ ਦੇ ਵਿੱਚ ਵੀ ਆਪੋਰਸ਼ਨ ਸਾਂਝਾ ਤੇ ਵੀ ਕੀ ਹੋ ਗਿਆ ਰਾਈਟ ਹੋ ਗਿਆ ਫਿਰ ਕਹਿ ਰਿਹਾ ਜੀ ਸਮ ਬੈਲਸ ਆਰ ਪੇਪਰ ਕੁਝ ਬੈਲ ਜਿਹੜੇ ਨੇ ਪੇਪਰ ਨੇ ਤਾਂ ਦੇਖੋ ਬੈਲ ਤੇ ਪੇਪਰ ਦੇ ਵਿੱਚ ਕੁਝ ਕਾਮਨ ਆ ਰਿਹਾ ਨਹੀਂ ਆ ਰਿਹਾ ਦੇਖੋ ਆ ਰਿਹਾ ਜੀ ਪੇਪਰ ਆ ਰਿਹਾ ਬੈਲ ਬੈਲ ਤੇ ਬੈਲ ਵਾਲਾ ਸਰਕਲ ਤੇ ਪੇਪਰ ਵਾਲਾ ਸਰਕਲ ਜਿਹੜੇ ਨੇ ਦੂਰ ਦੂਰ ਨੇ ਇਹਨਾਂ ਦੇ ਵਿੱਚ ਕੁਝ ਵੀ ਸਾਂਝਾ ਨਹੀਂ ਇਹਦਾ ਮਤਲਬ ਕੀ ਹੈ ਕਨਕਲੂਜਨ ᱨੋਂਗ ਹੋ ਗਿਆ ਜੀ ਆਪਣਾ ਫਿਰ ਕਹਿ ਰਿਹਾ ਜੀ ਸਮ ਕਾਰਡਸ ਆਰ ਫਲਾਰਸ ਕਾਰਡ ਤੇ ਫਲਾਰ ਦੇ ਵਿੱਚ ਵੀ ਕੁਝ ਕਾਮਨ ਨਹੀਂ ਹੈ ਦੇਖੋ ਆ ਰਿਹਾ ਆਪਣੇ ਕਾਰਡ ਇਹ ਰਏ ਆਪਣੇ ਫਲਾਰ ਇਹਨਾਂ ਦੇ ਵਿੱਚ ਵੀ ਕੁਝ ਸਾਂਝਾ ਨਹੀਂ ਹੈ ਦਾ ਮਤਲਬ ਇਹ ਵੀ ਕਨਕਲੂਜਨ ਕੀ ਹੋ ਗਿਆ ਆਪਣਾ ਗਲਤ ਹੋ ਜਾਏਗਾ ਫਿਰ ਕਹਿ ਰਿਹਾ ਜੀ ਸਮ ਪੇਪਰਸ ਆਰ ਫਲਾਰਸ ਪੇਪਰ ਤੇ ਫਲਾਰ ਦੇ ਵਿੱਚ ਵੀ ਕੁਝ ਕਮਨ ਨਹੀਂ ਹੈ ਦੇਖੋ ਆਹ ਰਏ ਆਪਣੇ ਪੇਪਰ ਆਹ ਰਏ ਆਪਣੇ ਫਲਾਰ ਇਹਦਾ ਮਤਲਬ ਲਾ ਕਨਕਲੂਜਨ ਵੀ ਕੀ ਹੋ ਜਾਏਗਾ ਗਲਤ ਹੋ ਜਾਏਗਾ ਠੀਕ ਹੈ ਜੀ ਸਟੇਟਮੈਂਟ ਦੇ ਜਿਹੜੀ ਆਪਾਂ ਵੈਂਡ ਡਾਇਗਰਾਮ ਬਣਾਵਾਂਗੇ ਉਹਨੂੰ ਸੱਚ ਮੰਨਦੇ ਆਪਾਂ ਜਿਹੜੇ ਕਨਕਲੂਜਨ ਜਿਹੜੇ ਆਪਾਂ ਕਰਾਂਗੇ ਠੀਕ ਹੈ ਰਾਈਟ ਨੇ ਜਾਂ ਰੋਂਗ ਨੇ ਹਾਂਜੀ ਅੱਗੇ ਗੱਲ ਕਰਦੇ ਆਂ ਨੈਕਸਟ ਕੁਐਸਚਨ ਦੇਖਦੇ ਆਂ ਜੀ ਦੇਖੋ ਕੀ ਕਹਿ ਰਿਹਾ ਜੀ 올 ਚੇਅਰਸ ਆਰ ਬਿਲਡਿੰਗਸ ਠੀਕ ਹੈ ਬਿਲਕੁਲ ਆਪਾਂ ਬੇਸਿਕ ਤੋਂ ਚੱਲ ਰਹੇ ਆਂ ਟਾਈਪ ਵਾਈਜ਼ ਹਿਲਸਰੇ ਵਾਰ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਆਂ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਠੀਕ ਹੈ ਪਹਿਲਾਂ ਆਪਾਂ ਸਮ ਵਾਲੇ ਤੇ 올 ਵਾਲੀਆਂ ਜਿਹੜੀਆਂ ਵੈਂ ਡਾਇਗਰਾਮ ਬਣਾਉਣੀ ਸਿੱਖੀਆਂ ਫਿਰ ਆਪਾਂ ਸਮ ਵਾਲੇ ਕੁਐਸਚਨ ਪ੍ਰੈਕਟਿਸ ਕੀਤੇ ਨੇ ਠੀਕ ਹੈ ਹੁਣ ਅੱਗੇ ਆਪਾਂ ਆਲ ਵਾਲੇ ਕੁਐਸਚਨ ਪ੍ਰੈਕਟਿਸ ਕਰਾਂਗੇ ਫਿਰ ਸਭ ਤੇ ਆਲ ਵਾਲੇ ਇਕੱਠੇ ਪ੍ਰੈਕਟਿਸ ਕਰਾਂਗੇ ਇਸੇ ਤਰ੍ਹਾਂ ਸਿਲਸਿਲੇਵਾਰ ਚੀਜ਼ਾਂ ਨੂੰ ਲੈ ਕੇ ਚੱਲਾਂਗੇ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਹੈ ਅਗਰ ਲੈਕਚਰ ਤੁਹਾਨੂੰ ਵਧੀਆ ਲੱਗ ਰਿਹਾ ਹੈ ਤਾਂ ਜਿਹੜਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਠੀਕ ਹੈ ਤਾਂ ਅਗਰ ਤੁਹਾਡਾ ਰਿਸਪੌਂਸ ਵਧੀਆ ਰਾ ਤਾਂ ਪਟਵਾਰੀ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਵੀ ਜਿੰਨੇ ਵੀ ਐਗਜ਼ਾਮ ਨੇ ਉਹਨਾਂ ਦੇ ਵਿੱਚ ਜੋ ਵੀ ਮੈਥ ਤੇ ਰੀਜ਼ਨਿੰਗ ਦੇ ਜੋ ਵੀ ਟੌਪਿਕਸ ਹੋਣਗੇ ਜੋ ਵੀ ਸਿਲੇਬਸ ਹੋਏਗਾ ਠੀਕ ਹੈ ਸਾਰਾ ਮੈਂ ਤੁਹਾਨੂੰ ਇਸ ਚੈਨਲ ਤੇ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਂਗਾ ਠੀਕ ਹੈ ਤਾਂ ਤੁਸੀਂ ਜਿਹੜਾ ਦਬ ਕੇ ਸ਼ੇਅਰ ਕਰਨਾ ਹੈ ਲੈਕਚਰ ਨੂੰ ਹਾਂਜੀ ਦੇਖਦੇ ਆਂ ਜੀ 올 ਚੇਅਰ ਸਰ ਬਿਲਡਿੰਗ ਸਟੇਟਮੈਂਟ ਕੀ ਹੈ 올 ਚੇਅਰ ਸਰ ਬਿਲਡਿੰਗ ਤਾਂ 올 ਵਾਲੀ ਸਟੇਟਮੈਂਟ ਆਪਾਂ ਕਿਵੇਂ ਡਰਾ ਕਰਦੇ ਆਂ ਫਿਗਰ ਆ ਗਈ ਆਪਣੀ ਚੇਅਰ ਸਾਰੀਆਂ ਦੀ ਸਾਰੀਆਂ ਚੇਅਰ ਕੀ ਨੇ ਬਿਲਡਿੰਗ ਨੇ ਠੀਕ ਹੈ ਆ ਵੱਡੀ ਜਿਹੜਾ ਸਰਕਲ ਆ ਬਿਲਡਿੰਗ ਦਾ ਹੋ ਗਿਆ ਫਿਰ ਕੀ ਕਰੇ ਸਾਰੇ ਬਿਲਡਿੰਗਸ ਕੀ ਨੇ ਹਾਊਸੇਸ ਨੇ ਤਾਂ ਬਿਲਡਿੰਗਸ ਹਾਊਸੇਸ ਨੇ ਤਾਂ ਇੱਕ ਹਾਊਸੇਸ ਵਾਲਾ ਜਿਹੜਾ ਆਪਾਂ ਵੱਡਾ ਸਰਕਲ ਡਰਾ ਕਰ ਲੈਨੇ ਆ ਇਸ ਤਰ੍ਹਾਂ ਠੀਕ ਹੈ ਇਹ ਸਾਰੇ ਦੇ ਸਾਰੇ ਕੀ ਹੋ ਗਏ ਆਪਣੇ ਹਾਊਸੇਸ ਹੋ ਗਏ ਠੀਕ ਹੈ ਇਹ ਆਪਣੀ ਜਿਹੜੀ ਵੈਂਡ ਡਾਇਗਰਾਮ ਆਣ ਗਈ ਹੈ ਹੁਣ ਆਪਾਂ ਕੀ ਹੈ ਕਨਕਲੂਜਨ ਦੇਖਦੇ ਹਾਂ ਕੀ ਕਹਿ ਰਿਹਾ ਜੀ ਕਨਕਲੂਜਨ ਦੇ ਵਿੱਚ ਸਮ ਚੇਅਰਸ ஆர் ਬਿਲਡਿੰਗ ਕੁਝ ਚੇਅਰ ਜਿਹੜੇ ਨੇ ਬਿਲਡਿੰਗ ਨੇ ਦੇਖੋ ਚੇਅਰ ਤੇ ਬਿਲਡਿੰਗ ਦੇ ਵਿੱਚ ਜੇ ਕੁਝ ਸਾਂਝਾ ਹੈ ਤਾਂ ਉਹ ਜਿਹੜਾ ਆਪਣਾ ਕਨਕਲੂਜਨ ਸਮ ਵਾਲਾ ਰਾਈਟ ਹੁੰਦਾ ਹੈ ਦੇਖੋ ਆਹ ਰੇ ਚੇਅਰ ਤੇ ਆਹ ਰੇ ਬਿਲਡਿੰਗ ਬਿਲਡਿੰਗ ਤੇ ਚੇਅਰ ਉਹਦਾ ਆਹ ਵਾਲਾ ਪੋਰਸ਼ਨ ਜਿਹੜਾ ਹੈ ਠੀਕ ਹੈ ਇਹ ਵਾਲਾ ਕਾਮਨ ਹੈ ਤਾਂ ਇਹ ਕੀ ਹੋ ਜਾਏਗਾ ਰਾਈਟ ਹੋ ਜਾਏਗਾ ਇਹ ਕਨਕਲੂਜਨ ਕੀ ਹੋ ਜਾਏਗਾ ਰਾਈਟ ਹੋ ਜਾਏਗਾ ਠੀਕ ਹੈ ਜੀ ਐਵੇਂ ਦੇਖਦੇ ਆ ਅੱਗੇ ਆਪਾਂ ਸਮ ਬਿਲਡਿੰਗਸ ਆਰ ਚੇਅਰਸ ਠੀਕ ਹੈ ਤਾਂ ਕੁਝ ਬਿਲਡਿੰਗ ਜਿਹੜੇ ਨੇ ਚੇਅਰ ਨੇ ਤਾਂ ਇਹ ਵੀ ਚੀਜ਼ ਰਾਈਟ ਹੋਏਗੀ ਬਿਲਡਿੰਗ ਸਮ ਵਾਲੀ ਸਟੇਟਮੈਂਟ ਕਦੋਂ ਰਾਈਟ ਹੁੰਦੀ ਹੈ ਜਦੋਂ ਦੋ ਚੀਜ਼ਾਂ ਬਾਰੇ ਜਿਹੜੀ ਗੱਲ ਕਰ ਰਿਆ ਹੁੰਦਾ ਹੈ ਉਹਨਾਂ ਦੇ ਵਿੱਚ ਕੁਝ ਨਾ ਕੁਝ ਕਮਨ ਹੋਵੇ ਠੀਕ ਹੈ ਉਹਨਾਂ ਦੇ ਵਿੱਚ ਕੁਝ ਨਾ ਕੁਝ ਉਹਨਾਂ ਦੇ ਜਿਹੜੇ ਸਰਕਲ ਨੇ ਇੱਕ ਦੂਜੇ ਦੇ ਨਾਲ ਟੱਚ ਹੋ ਰਹੇ ਹੋਣ ਠੀਕ ਹੈ ਤਾਂ ਬਿਲਡਿੰਗ ਤੇ ਚੇਅਰ ਦੇ ਟੱਚ ਹੋਣ ਨੇ ਤਾਂ ਜਿਹੜੀ ਚੀਜ਼ ਹੈ ਕੀ ਹੋ ਜਾਏਗੀ ਰਾਈਟ ਹੋ ਜਾਏਗੀ ਠੀਕ ਹੈ ਨੈਕਸਟ ਕੀ ਹੈ ਜੀ ਸਮ ਚੇਅਰਸ ਆਰ ਹਾਊਸਿਸ ਸਮ ਚੇਅਰਸ ਆਰ ਹਾਊਸਿਸ ਚੇਅਰ ਤੇ ਹਾਊਸਿਸ ਦੇ ਵਿੱਚ ਵੀ ਆਹ ਪੋਰਸ਼ਨ ਜਿਹੜਾ ਕੋਮਨ ਹੈ ਠੀਕ ਹੈ ਤਾਂ ਇਹ ਵੀ ਚੀਜ਼ ਕੀ ਹੋ ਜਾਏਗੀ ਰਾਈਟ ਹੋ ਜਾਏਗੀ ਸਮ ਹਾਊਸਿਸ ਆਰ ਬਿਲਡਿੰਗ ਹਾਊਸਿਸ ਤੇ ਬਿਲਡਿੰਗਸ ਦਾ ਵੀ ਆਹ ਵਾਲਾ ਜਿਹੜਾ ਪੋਰਸ਼ਨ ਹੈ ਠੀਕ ਹੈ ਆਹ ਵਾਲਾ ਜਿਹੜਾ ਸਰਕਲ ਹੈ ਹਾਊਸਿਸ ਦੇ ਵਿੱਚ ਆ ਰਿਹਾ ਹੈ ਠੀਕ ਹੈ ਆ ਚੀਜ਼ਾਂ ਜੀ ਤੇ ਵੀ ਚੀਜ਼ ਕੀ ਹੋ ਜਾਏਗੀ ਰਾਈਟ ਠੀਕ ਹੈ ਹੁਣ ਦੇਖੋ ਜੀ ਜਦੋਂ ਵੀ ਦੇਖੋ ਇੱਕ ਤੁਹਾਨੂੰ ਮੈਂ ਟ੍ਰਿਕ ਦੱਸ ਰਿਹਾ ਜਦੋਂ ਵੀ ਆਲ ਵਾਲੀ ਸਟੇਟਮੈਂਟਸ ਆਣਗੀਆਂ ਜਦੋਂ ਵੀ ਕੀ ਹੋਏਗੀ ਆਲ ਵਾਲੀ ਸਟੇਟਮੈਂਟ ਆਏਗੀ ਜਿਵੇਂ ਚੇਅਰ ਬਿਲਡਿੰਗ ਤੇ ਆਪਣੇ ਕੋਲ ਤਿੰਨ ਚੀਜ਼ਾਂ ਦੀ ਗੱਲ ਹੋ ਰਹੀ ਹੈ ਹਾਊਸਿਸ ਜਦੋਂ ਸਟੇਟਮੈਂਟ ਸਾਰੀ ਜਿਹੜੀ ਹੈ ਆਲ ਵਾਲੀ ਹੈ ਤਾਂ ਸਮ ਵਾਲੇ ਸਾਰੇ ਕਨਕਲੂਜਨ ਹੀ ਇਹਨਾਂ ਤਿੰਨਾਂ ਦੇ ਵਿਚਕਾਰ ਜੋ ਵੀ ਸਨ ਵਾਲੇ ਸਮ ਵਾਲੇ ਕਨਕਲੂਜਨ ਹੋਣਗੇ ਉਹ ਸਾਰੇ ਹੀ ਰਾਈਟ ਹੋਣਗੇ ਉਹ ਸਾਰੇ ਹੀ ਕੀ ਹੋਣਗੇ ਰਾਈਟ ਠੀਕ ਹੈ ਐਸ ਜੇ ਜਦ ਤੁਸੀਂ ਚਾਹੇ ਰੱਟਾ ਵੀ ਲਾ ਲਓ ਠੀਕ ਹੈ ਤੁਹਾਨੂੰ ਵੈਂਡ ਡਾਇਗਰਾਮ ਬਣਾਉਣ ਦੀ ਵੀ ਲੋੜ ਨਹੀਂ ਜੇ ਸਿਰਫ ਸਮ ਵਾਲੇ ਕਨਕਲੂਜਨ ਪੁੱਛ ਰਿਹਾ ਹੈ ਤਾਂ ਸਾਰੇ ਦੇ ਸਾਰੇ ਕੀ ਹੋ ਜਾਣਗੇ ਰਾਈਟ ਹੋ ਜਾਣਗੇ ਠੀਕ ਹੈ ਅਗਰ ਸਟੇਟਮੈਂਟ ਕਿਹੜੀ ਏ ਜੀ 올 ਵਾਲੀ ਠੀਕ ਹੈ ਤਾਂ ਨੈਕਸਟ ਆਪਾਂ ਚੱਲਦੇ ਆਂ ਹਾਂਜੀ ਤਾਂ ਦੇਖੋ ਹੁਣ ਆਪਾਂ ਸਟੇਟਮੈਂਟਸ ਕਰਦੇ ਆਂ ਆ ਸਟੇਟਮੈਂਟ ਆਪਣੇ ਕੋਲ ਸਮ ਡਾਇਰੀਸ ਆਰ ਪਾਕਟਸ ਠੀਕ ਹੈ ਕੁਝ ਡਾਇਰੀਸ ਕੀ ਕਹਿੰਦਾ ਜੀ ਪੌਕੇਟ ਨੇ ਆ ਹੋ ਗਈ ਆਪਣੀ ਡਾਇਰੀਸ ਕੁਝ ਡਾਇਰੀਸ ਕੀ ਨੇ ਪੌਕੇਟ ਨੇ ਠੀਕ ਹੈ ਹੁਣ ਦੇਖੋ ਇਹ ਆਪਣੇ ਜਿਹੜੇ ਨੇ ਮਿਕਸ ਆ ਗਏ ਕੋਸ਼ਨ ਸਮ ਤੇ 올 ਵਾਲੇ ਠੀਕ ਹੈ ਤਾਂ ਇਹਨਾਂ ਨੂੰ ਕਿਵੇਂ ਕਰਦਾ ਆਪਾਂ ਦੇਖਣੇ ਡਾਇਰੀ ਦੇ ਪੌਕੇਟ ਦਾ ਬਣ ਗਿਆ ਜੀ ਸਮਲ ਰਿਲੇਸ਼ਨ ਬਣਾਤਾ ਆਪਾਂ ਪੈਨ ਨਗਰ ਮੰਗ ਗਈ ਅੱਗੇ ਕੀ ਕਹਿ ਰਿਹਾ ਜੀ 올 ਪੌਕੇਟ ਸਾਰੇ ਡਿਜੀਟਲ ਸਾਰੀਆਂ ਸਾਰੀਆਂ ਪੌਕੇਟਸ ਕੀ ਕਹਿੰਦੇ ਨੇ ਡਿਜੀਟਲ ਨੇ ਤਾਂ ਸਾਰੀਆਂ ਦੀ ਸਾਰੀਆਂ ਪਾਕਟਸ ਕੀ ਨੇ ਡਿਜੀਟਲ ਨੇ ਤਾਂ ਉਹਦੀ ਫਿਗਰ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਠੀਕ ਹੈ ਸਾਰੀਆਂ ਦੀ ਸਾਰੀਆਂ ਪਾਕਟਸ ਕੀ ਹੋ ਗਈਆਂ ਆਪਣੀਆਂ ਡਿਜੀਟਲ ਠੀਕ ਹੈ ਸਾਰੀਆਂ ਪਾਕਟ ਡਿਜੀਟਲ ਦੇ ਵਿੱਚ ਆ ਗਈਆਂ ਫਿਰ ਕੀ ਕਹਿ ਰਿਹਾ ਜੀ ਸਮ ਡਿਜੀਟਲ ਆਰ ਪਰਸਿਸ ਠੀਕ ਹੈ ਤਾਂ ਡਿਜੀਟਲ ਤੇ ਪਰਸਿਸ ਬਾਰੇ ਗੱਲ ਕਰ ਰਿਹਾ ਤਾਂ ਡਿਜੀਟਲ ਤੇ ਪਰਸਿਸ ਦਾ ਆਪਾਂ ਕੁਝ ਪੋਰਸ਼ਨ ਜਿਹੜਾ ਹੈ ਉਹ ਕਾਮਨ ਲੈ ਲਾਂਗੇ ਠੀਕ ਹੈ ਡਿਜੀਟਲ ਤੇ ਪਰਸਿਸ ਦਾ ਕੁਝ ਪੋਰਸ਼ਨ ਕਾਮਨ ਲੈ ਲਾਂਗੇ ਠੀਕ ਹੈ ਤੇ ਗਲਤੀ ਨਹੀਂ ਕਰਨੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੁਸੀਂ ਪਾਕਟ ਜਾਂ ਡਾਇਰੀ ਨੂੰ ਵੀ ਵਿੱਚ ਇਨਕਲੂਡ ਕਰ ਲਓ ਸਿਰਫ ਡਿਜੀਟਲ ਦੇ ਪਰਸਿਸ ਬਾਰੇ ਉਹਨੇ ਕਿਹਾ ਤਾਂ ਆਪਾਂ ਡਿਜੀਟਲ ਦੇ ਪਰਸਿਸ ਦੀ ਆਪਾਂ ਜਿਹੜੀ ਇਹ ਬਣਾਣੀ ਹੈ ਵੈਨ ਡਾਇਗਰਾਮ ਠੀਕ ਹੈ ਹੁਣ ਆਪਣੀ ਵੈਨ ਡਾਇਗਰਾਮ ਬਣ ਗਈ ਹੈ ਤਾਂ ਕਿ ਆਪਾਂ ਕਨਕਲੂਜਨ ਦੇਖਣੇ ਕਿਹੜੇ ਕਨਕਲੂਜਨ ਰਾਈਟ ਨੇ ਕਿਹੜੇ ਕਨਕਲੂਜਨ ਰੋਂਗ ਨੇ ਕੀ ਕਹਿ ਰਿਹਾ ਜੀ ਸਮ ਪਾਕਟਸ ਆਰ ਡਿਜੀਟਲ ਪਾਕਟ ਤੇ ਡਿਜੀਟਲ ਦੇ ਵਿੱਚ ਅਗਰ ਕੁਝ ਨਾ ਕੁਝ ਕਾਮਨ ਹੈ ਤਾਂ ਉਹ ਕਨਕਲੂਜਨ ਕੀ ਹੋਏਗਾ ਰਾਈਟ ਹੋਏਗਾ ਦੇਖੋ ਪਾਕਟ ਤੇ ਡਿਟੈਲ ਦੇਖੋ ਆ ਚੀਜ਼ ਸਾਰੀ ਕਾਮਨ ਹੈ ਪਾਕਟ ਤੇ ਡਿਜੀਟਲ ਦੀ ਨਾ ਮਤਲਬ ਇਹ ਜਿਹੜੀ ਕਨਕਲੂਜਨ ਦੀ ਗੱਲ ਕਰ ਰਿਹਾ ਉਹ ਕੀ ਹੈ ਰਾਈਟ ਹੈ ਫਿਰ ਕੀ ਕਹਿ ਰਹੇ ਸਮ ਡਾਇਰੀਸ ਆ ਡਿਜੀਟਲ ਡਾਇਰੀ ਤੇ ਡਿਜੀਟਲ ਦੇ ਵਿੱਚ ਆ ਵਾਲਾ ਪੋਰਸ਼ਨ ਜਿਹੜਾ ਹੈ ਕਾਮਨ ਹੈ ਤੇ ਵੀ ਕੀ ਹੋ ਜਾਏਗਾ ਰਾਈਟ ਹੋ ਜਾਏਗਾ ਸਮ ਡਾਇਰੀਸ ਆ ਪਰਪਸਿਸ ਦੇਖੋ ਆ ਰੇ ਜੀ ਡਾਇਰੀਸ ਆ ਰੇ ਪਰਪਸਿਸ ਇਹਨਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਹੈ ਦਾ ਮਤਲਬ ਇਹ ਕਨਕਲੂਜਨ ਕੀ ਹੈ ਰੋਂਗ ਹੈ ਠੀਕ ਹੈ ਤਾਂ ਇਹ ਆਪਣੇ ਕਨਕਲੂਜਨ ਦੇ ਰੱਖੇ ਸੀ ਹੁਣ ਇਹਦੇ ਆਧਾਰ ਤੇ ਆਪਾਂ ਨੂੰ ਦੇਖੋ ਜਿਹੜੀਆਂ ਅੱਗੇ ਆਪਾਂ ਨੇ ਆਪਸ਼ਨ ਦੇ ਰੱਖੀਆਂ ਹੋਣੀਆਂ ਚਾਰ ਜਾਂ ਪੰਜ ਆਪਸ਼ਨਸ ਦਿੱਤੀਆਂ ਹੋਣਗੀਆਂ ਤਾਂ ਪਹਿਲੀ ਆਪਸ਼ਨ ਕੀ ਕਹਿੰਦਾ ਜੀ ਓਨਲੀ 1 ਐਂਡ 2 ਫਾਲੋਸ ਯਾਨੀ ਕਿ ਪਹਿਲੇ ਦੋ ਹੀ ਸਹੀ ਨੇ ਠੀਕ ਹੈ ਤਾਂ ਇਹ ਹੀ ਆਪਸ਼ਨ ਆਪਣੀ ਆਂਸਰ ਬਣੇਗੀ ਪਹਿਲੇ ਦੋ ਹੀ ਸਹੀ ਬਣ ਰਹੇ ਨੇ ਠੀਕ ਹੈ ਤੇ ਆਪਸ਼ਨ ਆਪਣੀ ਆਂਸਰ ਹੋ ਜਾਏਗੀ ਸੈਕਿੰਡ ਕੀ ਕਹਿ ਰਿਹਾ ਸੈਕਿੰਡ ਐਂਡ 3 ਫਾਲੋਸ ਠੀਕ ਹੈ ਸੈਕਿੰਡ ਤਾਂ ਸਹੀ ਹੈ ਲੇਕਿਨ 3 ਫਾਲੋ ਨਹੀਂ ਕਰ ਰਿਹਾ ਆਪਸ਼ਨ ਗਲਤ ਹੈ ਤੀਜੇ ਜੀ ਕਹਿ ਰਹੇ ਜੀ ਸਿਰਫ ਸੈਕਿੰਡ ਹੀ ਸਹੀ ਹੈ ਓਨਲੀ ਓਨਲੀ ਸੈਕਿੰਡ ਫੋਲੋਸ ਦਾ ਮਤਲਬ ਹੈ ਕਿ ਸਿਰਫ ਸੈਕਿੰਡ ਜੀ ਬਾਕੀ ਸਾਰੀਆਂ ਗਲਤ ਨੇ ਤਾਂ ਇਹ ਚੀਜ਼ ਹੋਊਂਗੀ ਕਿਉਂਕਿ ਫਸਟ ਸੈਕਿੰਡ ਫੋਲੋ ਕਰ ਰਹੀ ਹੈ ਚੌਥੇ ਜੀ ਕੀ ਕਹਿ ਰਹੇ ਓਨਲੀ ਥਰਡ ਫੋਲੋਸ ਠੀਕ ਹੈ ਤਾਂ ਥਰਡ ਤਾਂ ਵੈਸੇ ਹੀ ਗਲਤ ਹੈ ਠੀਕ ਹੈ ਤਾਂ ਕਹਿੰਦਾ ਜੀ ਜੇ ਓਨਲੀ ਥਰਡ ਫੋਲੋਸ ਤਾਂ ਫਿਰ ਆਪਣੀ ਡੀ ਆਪਸ਼ਨ ਆਣੀ ਸੀ ਠੀਕ ਹੈ ਤਾਂ ਇਸ ਤਰ੍ਹਾਂ ਜਿਹੜੀਆਂ ਆਪਾਂ ਆਪਸ਼ਨ ਚੂਜ਼ ਕਰਨੀਆਂ ਨੇ ਠੀਕ ਹੈ ਤਾਂ ਓਨਲੀ ਫਸਟ ਐਂਡ ਸੈਕਿੰਡ ਫੋਲੋਸ ਯਾਨੀ ਕਿ ਪਹਿਲੀਆਂ ਦੋ ਸਹੀ ਨੇ ਤਾਂ ਨੈਕਸਟ ਕੁਐਸ ਸਟੇਟਮੈਂਟ ਹੈ ਜੀ 올 ਪੈਟਲਸ ਆਰ ਟਰੀਜ਼ ਕਿ ਸਟੇਟਮੈਂਟ ਹੈ 올 ਪੈਟਲਸ ਆਰ ਟਰੀਜ਼ ਤਾਂ ਆ ਹੋ ਗਈਆਂ ਆਪਣੀਆਂ ਪੈਟਲਸ ਇਹ ਸਾਰੀਆਂ ਦੀ ਸਾਰੀਆਂ ਕੀ ਨੇ ਟਰੀਜ਼ ਨੇ 올 ਪੈਟਲਸ ਆਰ ਟਰੀਜ਼ ਤਾਂ ਹੋ ਗਈਆਂ ਆਪਣੀਆਂ ਟਰੀਜ਼ 올 ਟਰੀਜ਼ ਆਰ ਗਾਰਡਨਸ ਤਾਂ ਗਾਰਡਨਸ ਦੇ ਵਿੱਚ ਸਾਰੀਆਂ ਦੀ ਸਾਰੀਆਂ ਟਰੀਜ਼ ਆ ਰਹੀਆਂ ਨੇ ਤਾਂ ਆਪਾਂ ਇਹਨੂੰ ਹੋਰ ਵੱਡਾ ਕਰ ਦਿੰਨੇ ਆ ਸਰਕਲ ਨੂੰ ਠੀਕ ਹੈ ਇਹ ਕੀ ਹੋ ਗਏ ਆਪਣੇ ਗਾਰਡਨ ਹੋ ਗਏ ਠੀਕ ਹੈ 올 로즈 ఆర్ 가든 사레 데 사레 로즈 కినే 가든 네 ਠੀਕ ਹੈ ਉਹਨ ਕਿਸੇ ਨੇ ਨਹੀਂ ਬਣਾਦਣਾ ਉਹ ਗਾਰਡਨ ਵਿੱਚ ਰੋਡ ਸ ਵਿੱਚ ਲਿਓ ਉਹਨੇ ਕੀ ਕਿਹਾ ਜੀ 올 로즈 ఆర్ 가든 ਨਾ ਕਿ 올 ਗਾਰਡਨਸ ఆర్ 로즈 ਠੀਕ ਹੈ ਸਾਰੇ ਦੇ ਸਾਰੇ ਰੋਡਸ ਗਾਰਡਨਸ ਦਾ ਹਿੱਸਾ ਨੇ ਠੀਕ ਹੈ ਤਾਂ ਆਪਾਂ ਕੀ ਕਰਾਂਗੇ ਰੋਡਸ ਨੂੰ ਕਿੱਥੇ ਡਰਾ ਕਰਾਂਗੇ ਗਾਰਡਨ ਸ ਵਿੱਚ ਤਾਂ ਆ ਜਿਹੜੀ ਆਪਣੀ ਵੈਂ ਡਾਇਗ੍ਰam ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਦੇਖਦੇ ਹਾਂ ਜੀ ਕਨਕਲੂਜਨ ਕਨਕਲੂਜਨ ਦੇ ਵਿੱਚ ਕੀ ਕਹਿ ਰਿਹਾ ਜੀ ਸਮ ਰੋਡਸ ਆਰ ਟਰੀਜ਼ ਰੋਡਸ ਐਂਡ ਟਰੀਜ਼ ਦੇ ਵਿੱਚ ਅਗਰ ਕੁਝ ਕਾਮਨ ਹੈ ਤਾਂ ਐਸਾ ਹੀ ਹੋਏਗਾ ਨਹੀਂ ਤਾਂ ਗਲਤ ਦੇਖੋ ਆ ਰੋਡਸ ਨੇ ਇਹ ਟਰੀਜ਼ ਨੇ ਠੀਕ ਹੈ ਟਰੀਜ਼ ਤੇ ਰੋਡਸ ਵਾਲਾ ਸਰਕਲ ਆਪਸੇ ਟੱਚ ਨਹੀਂ ਕਰਦਾ ਤਾਂ ਥੋੜੀ ਗਲਤ ਹੈ ਸਮ ਗਾਰਡਨਸ ਆ ਟਰੀਜ਼ ਗਾਰਡਨ ਤੇ ਟਰੀ ਦੇ ਵਿੱਚ ਅਗਰ ਕੁਝ ਨਾ ਕੁਝ ਟੱਚ ਕਰ ਰਹੇ ਨੇ ਇੱਕ ਦੂਜੇ ਨੂੰ ਦੇਖੋ ਆ ਪੂਰੇ ਤੇ ਪੂਰੇ ਗਾਰਡਨਸ ਨੇ ਆ ਵਿੱਚ ਕੀ ਨੇ ਟਰੀਜ਼ ਤੇ ਟਰੀਜ਼ ਤੇ ਗਾਰਡਨ ਦਾ ਸਰਕਲ ਇੱਕ ਦੂਜੇ ਨੂੰ ਟੱਚ ਕਰ ਰਹੇ ਨੇ ਤਾਂ ਵਿੱਚ ਕੁਝ ਨਾ ਕੁਝ ਕਾਮਨ ਹੈ ਤਾਂ ਕੀ ਹੋ ਜਾਏਗਾ ਰਾਈਟ ਹੋ ਜਾਏਗਾ ਐਵੇਂ ਕੀ ਕਹਿ ਰਹੇ ਜੀ ਸਮ ਗਾਰਡਨਸ ਆ ਪੈਟਲਸ ਕੋਟਸ ਗਾਰਡਨ ਜਿਹੜੇ ਨੇ ਪੈਟਲ ਨੇ ਗਾਰਡਨ ਤੇ ਬੈਟਲ ਦੇ ਵਿੱਚ ਵੀ ਆ ਚੀਜ਼ ਕੋਮਨ ਹੈ ਜੀ ਦਾ ਮਤਲਬ ਵੀ ਕੀ ਹੈ ਸਹੀ ਹੈ ਕਨਕਲੂਜਨ ਠੀਕ ਹੈ ਤਾਂ ਸੈਕਿੰਡ ਐਂਡ ਥਰਡ ਫੋਲੋਅਰਸ ਵਾਲੀ ਕਿਹੜੀ ਆਪਸ਼ਨ ਹੈ ਜੀ ਸੈਕਿੰਡ ਆਪਸ਼ਨ ਹੈ ਠੀਕ ਹੈ ਦੂਸਰਾ ਤੇ ਤੀਸਰਾ ਜਿਹੜੀ ਕਨਕਲੂਜਨ ਹੈ ਉਹ ਸਹੀ ਹੈ ਠੀਕ ਹੈ ਜੀ ਤਾਂ ਨੈਕਸਟ ਕੁਐਸਚਨ ਦੇਖਦੇ ਆਪਾਂ ਹਾਂ ਜੀ ਕੀ ਕਹਿ ਰਿਹਾ ਸਟੇਟਮੈਂਟ ਦੇ ਵਿੱਚ 올 ਪਿਕਚਰਸ ਆਰ ਬੈਂਡਸ ਸਾਰੀਆਂ ਦੀ ਸਾਰੀਆਂ ਪਿਕਚਰਸ ਕੀ ਨੇ ਬੈਂਡਸ ਨੇ ਸਾਰੀਆਂ ਦੀ ਸਾਰੀਆਂ ਪਿਕਚਰਸ ਕੀ ਨੇ ਬੈਂਡਸ ਨੇ ਤਾਂ ਇਸ ਤਰ੍ਹਾਂ ਦੀ ਆਪਣੀ ਜਿਹੜੀ ਫਿਗਰ ਬਣੇਗੀ ਆ ਹੋ ਗਏ ਆਪਣੇ ਬੈਂਡ ਹੋ ਗਏ ਜੀ ਸਮ ਬੈਂਡਸ ਆਰ ਚੇਅਰ ਕੁਝ ਬੈਂਡ ਜਿਹੜੇ ਨੇ ਚੇਅਰ ਨੇ ਤਾਂ ਇਸ ਤਰ੍ਹਾਂ ਬਣਾ ਦੇਣਗੇ ਆਪਾਂ ਬੈਂਡ ਤੇ ਚੇਅਰ ਦੇ ਵਿੱਚ ਕੁਛ ਨਾ ਕੁਛ ਕਾਮਨ ਰੱਖ ਲੈਣੇ ਫਿਰ ਸਮ ਚੇਅਰ ਸਾ ਟੇਬਲ ਕੁਝ ਚੇਅਰ ਜਿਹੜੇ ਨੇ ਟੇਬਲ ਨੇ ਤਾਂ ਜਿਹੜੀ ਫਿਗਰ ਆਪਣੀ ਬਣ ਕੇ ਤਿਆਰ ਹੋ ਗਈ ਵੈਂਡ ਡਾਇਗ੍ਰam ਬਣ ਚੁੱਕੀ ਹੈ ਇਕਨ ਵੈਂ ਡ੍ਰੈਗਮ ਦੇ ਆਧਾਰ ਤੇ ਆਪਾਂ ਵੇਖਦੇ ਹਾਂ ਕਨਕਲੂਜਨ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਸਮ ਟੇਬਲਸ ਆਰ ਬੈਂਡਸ ਬੈਂਡਸ ਤੇ ਟੇਬਲ ਦੇ ਵਿੱਚ ਕੁਝ ਕਾਮਨ ਹੈ ਦੇਖੋ ਆ ਰਹੇ ਜੀ ਬੈਂਡ ਸਾਰੇ ਆਪਣੇ ਟੇਬਲ ਕੁਝ ਵੀ ਕਾਮਨ ਨਹੀਂ ਦਾ ਮਤਲਬ ਇਹ ਗਲਤ ਹੈ ਸਮ ਚੇਅਰਸ ਆਰ ਪਿਕਚਰ ਚੇਅਰ ਤੇ ਪਿਕਚਰ ਦੇ ਵਿੱਚ ਕੁਝ ਕਾਮਨ ਹੈ ਨਹੀਂ ਹੈ ਜੀ ਦੇਖੋ ਆ ਰਹੇ ਆਪਣੇ ਪਿਕਚਰ ਆ ਰਹੇ ਆਪਣੀ ਚੇਅਰ ਕੁਝ ਵੀ ਕਾਮਨ ਨਹੀਂ ਦਾ ਮਤਲਬ ਇਹ ਵੀ ਕੀ ਹੈ ਗਲਤ ਹੈ ਸਮ ਟੇਬਲਸ ਆਰ ਪਿਕਚਰਸ ਟੇਬਲਸ ਤੇ ਪਿਕਚਰਸ ਦੇ ਵਿੱਚ ਕੁਝ ਕਾਮਨ ਹੈ ਕੁਝ ਵੀ ਕਾਮਨ ਨਹੀਂ ਯਾਨੀ ਕਿ ਇਹ ਵੀ ਗਲਤ ਹੈ ਯਾਨੀ ਕਿ ਤਿੰਨੋਂ ਦੇ ਤਿੰਨੋਂ ਕਨਕਲੂਜਨ ਗਲਤ ਨੇ ਠੀਕ ਹੈ ਤਾਂ ਕਿਹੜੀ ਆਪਸ਼ਨ ਆਏਗੀ ਨਨ ਫੋਲੋਸ ਯਾਨੀ ਕਿ ਕੋਈ ਵੀ ਕਨਕਲੂਜਨ ਫੋਲੋ ਨਹੀਂ ਕਰ ਰਿਹਾ ਸਾਰੇ ਦੇ ਸਾਰੇ ਕਨਕਲੂਜਨ ਕੀ ਨੇ ਗਲਤ ਨੇ ਠੀਕ ਹੈ ਤਾਂ ਜਿਹੜੀ ਆਪਸ਼ਨ ਕਿਹੜੀ ਬਣੇਗੀ ਆਪਣੀ ਫਸਟ ਹਾਂਜੀ ਅੱਗੇ ਆਪਣਾ ਸਟੇਟਮੈਂਟ ਹੈ ਸਮ ਬਾਈਕਸ ਸਰਕਾਰਸ ਕੁਝ ਬਾਈਕਸ ਕੀ ਨੇ कार में ठीक है तो इस तरह बन जाएगा सम कार्स आर ट्रेन्स तो कुछ कार जड़े ने वो ट्रेन ने ठीक है सम ट्रेन्स आर बसेस ठीक है इस तरह दी अपनी जड़ी फिगर बनेगी देखते हैं कंक्लूजन केड़े केड़े सही ने सम बसेस आर कार्स बसेस से कार्स में कुछ भी कॉमन नहीं है गलत है जी ट्रेन्स आर बाइक्स सम ट्रेन्स आर बाइक्स ट्रेन ते बाइक से बीच में कुछ भी कॉमन नहीं है गलत है जी सम बसेस आर बाइक्स બસ ਇਸ ਤੇ ਬਾਈਕ ਸੇ ਵਿੱਚ ਵੀ ਕੁਝ ਕਾਮਨ ਨਹੀਂ ਇਹਨਾਂ ਦਾ ਸਾਰੇ ਸਾਰੇ ਕਨਕਲੂਜਨ ਗਲਤ ਨੇ ਇਹਨਾਂ ਦਾ ਕਿਹੜੀ ਆਪਸ਼ਨ ਆਏਗੀ ਆਪਣੀ ਫਸਟ ਆਪਸ਼ਨ ਨਨ ਫਾਲੋਸ ਹਾਂਜੀ ਠੀਕ ਹੈ ਜੀ ਅੱਜ ਦਾ ਲੈਕਚਰ ਜਿਹੜਾ ਹੈ ਇੱਥੇ ਖਤਮ ਕਰਦੇ ਆਂ ਤਾਂ ਜਲਦੀ ਮੈਂ ਪਾਰਟ ਸੈਕੰਡ ਅੱਗੇ ਇਹਨੂੰ ਕੰਟੀਨਿਊ ਕਰਾਂਗੇ ਠੀਕ ਹੈ ਤਾਂ ਜਿਵੇਂ ਜਿਵੇਂ ਮੈਨੂੰ ਟਾਈਮ ਮਿਲਦਾ ਹੈ ਕਿਉਂਕਿ ਮੈਂ ਵੀ ਜੌਬ ਕਰ ਰਿਹਾ ਤਾਂ ਜਿੰਨਾ ਕੋ ਟਾਈਮ ਹੁੰਦਾ ਹੈ ਸੈਟਰਡੇ ਸੰਡੇ ਮੈਂ ਕੋਸ਼ਿਸ਼ ਕਰਾਂਗਾ ਵੀ ਸਾਰੇ ਦੇ ਸਾਰੇ ਜਿੰਨੇ ਵੀ ਰੀਜ਼ਨਿੰਗ ਦੇ ਜਾਂ ਮੈਥ ਦੇ ਜਿਹੜੇ ਚੈਪਟਰ ਨੇ ਉਹ ਮੈਂ ਤੁਹਾਨੂੰ ਕਵਰ ਕਰਵਾ ਸਕਾਂ ਠੀਕ ਹੈ ਪਹਿਲਾਂ ਆਪਾਂ ਰੀਜ਼ਨਿੰਗ ਕੰਪਲੀਟ ਕਰ ਲੈਂਦੇ ਨੇ ਰੀਜ਼ਨਿੰਗ ਦੇ ਜਿੰਨੇ ਵੀ ਟੌਪਿਕ ਨੇ ਫਿਲਹਾਲ ਆਪਾਂ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਵੀ ਟੌਪਿਕ ਆ ਰਹੇ ਨੇ ਮੈਂ ਉਹ ਤੁਹਾਨੂੰ ਕਵਰ ਕਰਾ ਦੇਣਾ ਫਿਰ ਮੈਂ ਤੁਹਾਨੂੰ ਮੈਥ ਸ਼ੁਰੂ ਕਰਾ ਦੇਵਾਂਗਾ ਠੀਕ ਹੈ ਤਾਂ ਉਸ ਤੋਂ ਬਾਅਦ ਜਿੰਨੇ ਵੀ ਰੀਜ਼ਨਿੰਗ ਜਾਂ ਮੈਥ ਦੇ ਜੋ ਵੀ ਟੌਪਿਕਸ ਹੁੰਦੇ ਨੇ ਠੀਕ ਹੈ ਤਾਂ ਉਹ ਸਾਰੇ ਆਪਾਂ ਕਵਰ ਕਰ ਲਾਂਗੇ ਯਾਨੀ ਕਿ ਤੁਹਾਨੂੰ ਮੈਥ ਤੇ ਰੀਜ਼ਨਿੰਗ ਵਾਸਤੇ ਕੋਈ ਮਰਜ਼ੀ ਤੁਹਾਡਾ ਪੇਪਰ ਹੈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤਾਂ ਇਸੇ ਹੀ ਚੈਨਲ ਦੇ ਤੁਹਾਨੂੰ ਸਾਰਾ ਕੁਝ ਫ੍ਰੀ ਆਫ ਕੋਸਟ ਜਿਹੜਾ ਹੈ ਮਿਲੇਗਾ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ